ਸਵਾਗਤ ਹੈ ਸਾਰਿਆਂ ਦਾ ਪੰਜਾਬੀ ਸਿਲਾਈ ਕਢਾਈ ਚੈਨਲ 'ਤੇ। ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏਗੇ। ਤੁਹਾਡੇ ਕਮੈਂਟ ਆਉਂਦੇ ਰਹਿੰਦੇ, ਸਾਡੀਆਂ ਸਲਵਾਰਾਂ ਅੱਗੇ ਨੂੰ ਡਿੱਗਦੀਆਂ ਨੇ। ਅੱਜ ਤੁਹਾਨੂੰ ਅਸੀਂ ਉਸਦਾ ਹੱਲ ਦੱਸਾਂਗੇ। ਉਸਦਾ ਜਿਹੜਾ ਆਪਾਂ ਹੱਲ ਕਰਾਂਗੇ ਉਹ ਬੈਲਟ 'ਚੋਂ ਕਰਾਂਗੇ, ਬੈਲਟ ਦੇ ਵਿੱਚ ਕਰਾਂਗੇ ਆਪਾਂ ਜਿਹੜੀ ਵੀ ਕੋਈ ਕਾਰਵਾਈ ਕਰਨੀ ਹੈਗੀ। ਇਹ ਦੋ ਤਰੀਕਿਆਂ ਨਾਲ ਹੱਲ ਕਰਨ ਦਾ, ਅੱਜ ਤੁਹਾਨੂੰ ਅਸੀਂ ਇੱਕ ਤਰੀਕਾ ਦੱਸਾਂਗੇ, ਦੂਸਰਾ ਤਰੀਕਾ ਜਿਹੜਾ ਉਹ ਅਸੀਂ ਅਗਲੀ ਵੀਡੀਓ 'ਚ ਦੱਸਾਂਗੇ। ਇਹ ਅਸੀਂ ਨੇ ਸਲਵਾਰ ਜੜ ਕੇ ਤਿਆਰ ਕਰ ਲਈ ਹੈ। ਸਲਵਾਰ ਬਿਲਕੁਲ ਉਸੇ ਤਰੀਕੇ ਨਾਲ ਹੀ ਜਿਹੜੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਜੜਦੇ ਹੁੰਦੇ ਹਾਂਗੇ। ਇਸ ਵਿੱਚ ਆਪਣੇ ਕੋਈ ਵੀ ਹੋਰ ਕਾਰਵਾਈ ਨਹੀਂ ਕਰੀ ਹੈਗੀ। ਇਹ ਆਪਣੇ ਜਿਹੜਾ ਵੀ ਆਪਾਂ ਕਰਾਂਗੇ ਉਹ ਬੈਲਟ 'ਚ ਕਰਾਂਗੇ। ਇਹ ਤੁਹਾਡੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਆ ਉਹ ਅਸੀਂ ਹੱਲ ਕਰਾਂਗੇ ਤੁਹਾਡੀ। ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਗਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰੋ, ਸ਼ੇਅਰ ਕਰਿਓ, ਕਮੈਂਟ ਕਰਿਓ ਜੀ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਚਲਾਉਣ ਤੋਂ ਪਹਿਲਾਂ, ਤਾਂ ਕਿ ਸਾਰੀ ਜਾਣਕਾਰੀ ਤੁਹਾਨੂੰ ਮਿਲ ਸਕੇ। ਹੁਣ ਜਿਹੜੀ ਵੀਡੀਓ ਆਪਾਂ ਸਟਾਰਟ ਕਰਨ ਜਾ ਰਹੇ ਹਾਂਗੇ, ਇਹ ਆਪਣੇ ਕੋਲ ਬੈਲਟ ਆ। ਬੈਲਟ ਦੀ ਇਹ ਚਿੜੀ ਵਾਲੀ ਸਾਈਡ ਆ। ਪਹਿਲਾਂ ਇਹਦਾ ਆਪਾਂ ਜਿਹੜਾ ਅੱਧਾ ਗਾ ਉਸਨੂੰ ਇੱਕ ਸਾਰ ਕਰਕੇ ਉਹਦੀਆਂ ਟੋਕਾਂ ਲਾ ਲਵਾਂਗੇ ਸਾਈਡਾਂ 'ਤੇ। ਇਸ ਤਰ੍ਹਾਂ ਜਿਹੜਾ ਆਪਾਂ ਪਹਿਲਾਂ ਨਿਸ਼ਾਨ ਲਾ ਲਵਾਂਗੇ। ਇਹ ਤੁਹਾਨੂੰ ਪਤਾ ਹੀ ਹੈ ਆਪਾਂ ਬੈਲਟ ਜਾਣੇ ਵੇਲੇ ਲਾਉਂਦੇ ਹੁੰਦੇ ਹੈਗੇ। ਹੁਣ ਜਿਹੜੀ ਆਪਣੀ ਚਿੜੀ ਵਾਲੀ ਸਿਲਾਈ ਆ ਉਸ ਤੋਂ ਲੈ ਕੇ ਇਹ ਜਿਹੜੀ ਆਪਣੀ ਟੋਕ ਆ ਇਸ ਵਿੱਚ ਆਪਾਂ ਜਿਹੜੀ ਢਾਲ ਆ ਉਹ ਪਾਵਾਂਗੇ। ਇਸ ਵਿੱਚ ਆਪਾਂ ਪਲੇਟ ਵੀ ਪਾਉਂਦੇ ਹੁੰਦੇ ਹਾਂ, ਆਪਾਂ ਇਸ ਵਿੱਚ ਢਾਲ ਪਾਵਾਂਗੇ। ਢਾਲ ਜਿਹੜੀ ਪਾਵਾਂਗੇ ਟੋਕਾ ਤੋਂ ਲੈ ਕੇ, ਪਹਿਲਾਂ ਆਪਾਂ ਇਹ ਤੁਹਾਨੂੰ ਅਸੀਂ ਮਿਣਕੇ ਦਿਖਾਉਂਦੇ ਹਾਂਗੇ। ਜਿਹੜਾ ਅੱਧੇ ਜਿਹੜਾ ਆਪਣਾ ਕਿੰਨਾ ਗਾ, ਇਹ ਹੈਗਾ ਆਪਣਾ ਗਾ 12.5। 12.5 ਦਾ ਅੱਧ ਕਰ ਲਵਾਂਗੇ ਆਪਾਂ 1.25। 1 ਇੰਚ ਦੀ ਜਿਹੜੀ ਆਪਾਂ ਇਸਦੇ ਵਿੱਚ ਢਾਲ ਪਾਵਾਂਗੇ। 1 ਇੰਚ ਕੱਪੜਾ ਆਪਾਂ ਇਸ ਵਿੱਚੋਂ ਕੱਢ ਦਾਂਗੇ ਗਲਿਆਈ ਪਾ ਕੇ। ਇਹ ਜਿਹੜਾ ਆਪਣਾ ਤਰੀਕਾ ਗਾ, ਇਸ ਤਰੀਕੇ ਨਾਲ ਜਿਹੜੀ ਸਲਵਾਰ ਆਪਣੀ ਅੱਗੇ ਡਿੱਗਦੀ ਆ ਉਹ ਡਿੱਗਣਾ ਬਿਲਕੁਲ ਇਹਦਾ ਖਤਮ ਹੋ ਜੂਗਾ। ਇੱਕ ਤਰੀਕਾ ਇਹਦਾ ਹੋਰ ਹੈਗਾ, ਉਹ ਤੁਹਾਨੂੰ ਅਸੀਂ ਦੂਸਰੀ ਵੀਡੀਓ ਵਿੱਚ ਦੱਸਾਂਗੇ। ਉਹ ਹੈਗਾ ਆਪਣਾ ਪੌਂਚੇ ਵਿੱਚ। ਪੌਂਚੇ ਵਾਲਾ ਤਰੀਕਾ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ, ਅੱਜ ਤੁਹਾਨੂੰ ਉਸ ਬੈਲਟ ਵਾਲਾ ਤਰੀਕਾ ਦੱਸ ਰਹੇ ਹਾਂ। ਇਹ ਦੇਖੋ ਜਿਹੜੀ ਆਪਣੀ 1 ਇੰਚ ਦੀ ਇਸ ਵਿੱਚ ਆਪਣੇ ਕੱਪੜਾ ਕਟਿੰਗ ਕਰਤਾ। ਇਸ ਨਾਲ ਜਿਹੜੀ ਆਪਣੀ ਇਹ ਇੱਥੇ ਪੌਂਚੇ ਦਾ ਸੈਂਟਰ ਹੁੰਦਾ ਗਾ, ਜਦੋਂ ਆਪਾਂ ਨੇ ਇਹਦੀ ਸਿਲਾਈ ਪਾਈ ਹੋਈ ਉੱਪਰ ਆ ਜੂਗਾ ਆਪਣਾ ਕੱਪੜਾ। ਇਸ ਨਾਲ ਹੀ ਜਿਹੜੀ ਆਪਣੀ ਅੱਗੇ ਡਿੱਗਣ ਦੀ ਸਮੱਸਿਆ ਉਹ ਬਿਲਕੁਲ ਖਤਮ ਹੋ ਜੂਗੀ। ਇਹ ਸਲਵਾਰ ਜਿਹੜੀ ਅਸੀਂ ਪਹਿਲਾਂ ਹੀ ਜੜ ਕੇ ਤਿਆਰ ਕਰ ਰੱਖੀ ਹੈਗੀ, ਵਲ ਪਾ ਕੇ ਅੰਦਰਲੀ ਆਪਣੀ ਸਿੱਧੀ ਸਾਈਡ ਆ ਗਈ। ਬੈਲਟ ਦੀ ਵੀ ਜਿਹੜੀ ਅੰਦਰਲੀ ਸਿੱਧੀ ਸਾਈਡ ਅੰਦਰ ਕਰਾਂਗੇ। ਇਹ ਆਪਣੀ ਚਿੜੀ ਵਾਲੀ ਹੋ ਗਈ। ਇਹ ਜਿਹੜੀ ਸਮੱਸਿਆ ਜਦੋਂ ਪੇਟ ਆਪਣਾ ਭਾਰੀ ਹੁੰਦਾ ਉਸ ਕਰਕੇ ਆਉਂਦੀ ਹੈ, ਕਿਉਂਕਿ ਸਲਵਾਰ ਅੱਗੋਂ ਨੀਵੀਂ ਹੋ ਜਾਂਦੀ ਹੈਗੀ। ਇਸ ਤਰੀਕੇ ਨਾਲ ਜਿਹੜੀ ਇਹ ਸਮੱਸਿਆ ਬਿਲਕੁਲ ਖਤਮ ਹੋ ਜੂਗੀ। ਇੱਥੇ ਆਪਣਾ ਜਿਹੜਾ ਪਹੁੰਚਿਆ ਗਾ ਤੁਸੀਂ ਦੇਖੋ ਪਹੁੰਚਾ ਆਜੂਗਾ ਇਸ ਨਿਸ਼ਾਨ 'ਤੇ। ਇਹ ਪਹੁੰਚੇ ਵਾਲਾ ਸੈਂਟਰ ਹੋ ਗਿਆ ਸੀ ਆਪਣਾ। ਇਹ ਸਿਲਾਈ ਆਪਾਂ ਉਸੇ ਤਰੀਕੇ ਨਾਲ ਹੀ ਲਾਵਾਂਗੇ ਜਿਹੜੇ ਤਰੀਕੇ ਨਾਲ ਆਪਾਂ ਸਲਵਾਰ ਜੜ ਦਿਆਂਗੇ ਬੈਲਟ। ਅਸੀਂ ਤੁਹਾਨੂੰ ਬਿਲਕੁਲ ਸੌਖਾ ਅਤੇ ਆਸਾਨ ਤਰੀਕਾ ਦੱਸ ਰਹੇ ਹਾਂਗੇ ਤੁਹਾਡੀ ਇਹ ਸਮੱਸਿਆ ਦਾ। ਇਹ ਵਾਲੀ ਆਪਣੀ ਪਿਛਲੀ ਸਿਲਾਈ ਹੈਗੀ। ਇਹ ਜਿਹੜੀ ਆਪਣੀ ਢਾਲ ਪਾਉਣੀ ਆ ਇਹ ਆਪਾਂ ਜਿਹੜੀ ਨੈਰੋ ਸਲਵਾਰ ਬਣਾਉਂਦੇ ਹਾਂਗੇ ਚੱਕਵੀਂ, ਉਸ ਵਿੱਚ ਵੀ ਤੁਸੀਂ ਪਾ ਸਕਦੇ ਹੋ। ਜਿਹੜੇ ਅੱਜ ਕੱਲ੍ਹ ਕੁੜੀਆਂ ਪਾਉਂਦੀਆਂ ਨੇ ਸਲਵਾਰਾਂ ਉਹਨਾਂ ਵਿੱਚ ਵੀ ਇਹ ਤੁਸੀਂ ਪਾ ਸਕਦੇ ਹੋਗੇ।
ਜਿਹੜੀ ਪਹਿਲੀ ਸਿਲਾਈ ਆਪਣੀ ਲੱਗ ਕੇ ਤਿਆਰ ਆ ਗਈ। ਇੱਕ ਸਿਲਾਈ ਆਪਾਂ ਇਸਦੇ ਉੱਪਰ ਲਾਵਾਂਗੇ ਬੈਲਟ ਦੇ। ਇਹ ਆਪਣੀ ਸੈਂਟਰ ਵਾਲੀ ਜਗ੍ਹਾ ਆ ਗਈ ਸੀਗੀ। ਇਹ ਆਪਣੀ ਦੂਸਰੀ ਸਾਈਡ ਵਾਲੀ। ਇਹ ਵੀ ਸਿਲਾਈ ਆਪਣੀ ਲੱਗ ਕੇ ਤਿਆਰ ਆ ਬਿਲਕੁਲ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਇਹਦੀ ਸ਼ੇਪ ਜਿਹੜੀ ਕਿਸ ਤਰ੍ਹਾਂ ਬਣ ਕੇ ਤਿਆਰ ਹੋਈ ਆ। ਇਹ ਤੁਸੀਂ ਦੇਖੋ ਜਿਹੜਾ ਉੱਪਰ ਆਪਣਾ ਕੱਪੜਾ ਘੱਟ ਹੈਗਾ ਇਹ ਆਪਣੇ ਆਸਣ ਵਾਲੀ ਆ। ਆਸਣ ਵਾਲੀ ਜਿਹੜੀ ਆਪਣੀ ਸਿਲਾਈ ਆ ਉਨੀ ਤਿਆਰ ਹੋਊ, ਜਿੰਨੀ ਆਪਣੀ ਬੈਗ ਵਾਲੀ ਸਿਲਾਈ ਤਿਆਰ ਆ ਉਨੀ ਤਿਆਰ ਹੋਊਗੀ ਆਸਣ ਵਾਲੀ। ਇਹੜੀ ਆਪਣੇ ਗਲਿਆ ਹੀ ਪਈ ਆ, ਸਿਰਫ ਪੌਂਚਿਆਂ ਦੇ ਉੱਪਰ ਪਾਈ ਹੈਗੀ। ਇਸ ਨਾਲ ਜਿਹੜੀ ਇਹ ਅੱਗੇ ਡਿੱਗਣ ਦੀ ਸਮੱਸਿਆ ਉਹ ਬਿਲਕੁਲ ਖਤਮ ਹੋ ਜਾਂਦੀ ਹੈਗੀ। ਇਸ ਤਰ੍ਹਾਂ ਜਿਹੜੇ ਬਲ ਪੈਂਦੇ ਨੇ, ਕਿਉਂਕਿ ਕੱਪੜਾ ਜਿਹੜਾ 1 ਇੰਚ ਉੱਪਰ ਚਲਾ ਗਿਆ ਆਪਣਾ ਬੈਲਟ ਉੱਪਰ। ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿਵੇਂ ਲੱਗੀ। ਧੰਨਵਾਦ ਜੀ।